ਹਾਂਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਹਾਂ ਜੀ ਨਿਊ ਹੋਲੈਂਡ 36 ਦੀ ਸਪੈਸ਼ਲ ਐਡੀਸ਼ਨ, ਜੋ ਕਿ ਇੱਕ ਨਵੀਂ ਲੁੱਕ ਦੇ ਵਿੱਚ ਸਾਨੂੰ ਦੇਖਣ ਨੂੰ ਜਲਦੀ ਮਿਲ ਸਕਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਇਸ ਟਰੈਕਟਰ ਦੀ ਫੋਟੋ, ਜੋ ਇਸ ਟਰੈਕਟਰ ਦੇ ਸਟਿੱਕਰ ਹਨ ਜੋ ਨਿਊ ਹੋਲੈਂਡ 56 ਜਾਂ 56 ਦੀ CRDA ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਸਨ, ਉਹਨਾਂ ਦੇ ਵਰਗੇ ਜੋ ਇਸ ਟਰੈਕਟਰ ਦੇ ਸਟਿੱਕਰ ਕਰ ਦਿੱਤੇ ਗਏ। ਮੇ ਬੀ ਕੁਝ ਹੋਰ ਵੀ ਚੇਂਜਸ ਕੰਪਨੀ ਵੱਲੋਂ ਸ਼ਾਇਦ ਇਹਦੇ ਵਿੱਚ ਕੀਤੇ ਜਾਣ। ਸੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਲੁੱਕ ਬਹੁਤ ਹੀ ਜ਼ਿਆਦਾ ਜ਼ਬਰਦਸਤ ਦੇਖਣ ਨੂੰ ਲੱਗ ਰਹੀ ਹੈ। ਬਾਕੀ ਨਿਊ ਹੋਲੈਂਡ 36 ਦੀ ਸਪੈਸ਼ਲ ਐਡੀਸ਼ਨ ਦਿਲਾਂ ਦੀ ਧੜਕਣ ਤਾਂ ਹਮੇਸ਼ਾ ਤੋਂ ਹੀ ਰਿਹਾ, ਅਤੇ ਇਸ ਟਰੈਕਟਰ ਦਾ ਕੋਈ ਵੀ ਤੋੜ ਨਹੀਂ। 50 ਤੋਂ 60 HP ਦੇ ਵਿੱਚ ਇਸ ਟਰੈਕਟਰ ਤੋਂ ਉੱਪਰ ਕੋਈ ਟਰੈਕਟਰ ਨਹੀਂ ਹੈ। ਬਹੁਤ ਹੀ ਵਧੀਆ ਕੁਆਲਿਟੀ ਨਿਊ ਹੋਲੈਂਡ ਦੀ ਸਾਨੂੰ ਜੋ ਦੇਖਣ ਨੂੰ ਮਿਲਦੀ ਹੈ। ਸੋ ਇਹ ਟਰੈਕਟਰ ਮਾਰਕੀਟ ਦੇ ਵਿੱਚ ਹੁਣ ਬਹੁਤ ਹੀ ਜ਼ਿਆਦਾ ਧੁੰਮ ਜਾਏਗਾ, ਕਿਉਂਕਿ ਨਿਊ ਹੋਲੈਂਡ 36 ਸਪੈਸ਼ਲ ਐਡੀਸ਼ਨ ਦਾ ਨਾਂ ਤਾਂ ਪਹਿਲਾਂ ਹੀ ਬਹੁਤ ਹੈ। ਬਾਕੀ ਕੁਝ ਨਵਾਂ ਕੰਪਨੀ ਵੱਲੋਂ ਹਮੇਸ਼ਾ ਹਰ ਵਾਰ ਕੀਤਾ ਜਾਂਦਾ ਹੈ। ਸੋ ਇਹ ਸੀ ਅੱਜ ਦੀ ਵੀਡੀਓ, ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਲੁੱਕ, ਬਹੁਤ ਸਾਰੇ ਫੀਚਰ ਮੇ ਬੀ ਨਵੇਂ ਸਾਨੂੰ ਦੇਖਣ ਨੂੰ ਮਿਲਣ। ਸੋ ਸਬਸਕ੍ਰਾਈਬ ਕਰਿਓ ਚੈਨਲ ਨੂੰ, ਲਾਈਕ ਕਮੈਂਟ ਸ਼ੇਅਰ ਕਰਿਓ, ਵੀਡੀਓ ਜਲਦੀ ਹੋਰ ਲੈ ਕੇ ਆਵਾਂਗੇ। ਸਤਿ ਸ਼੍ਰੀ ਅਕਾਲ ਜੀ।